ਪੰਜਾਬ ਪੋਲਿਊਸ਼ਨ ਬੋਰਡ ਨੇ ਪੰਜਾਬ ਦੇ ਵਿੱਚ ਚੱਲ ਰਹੇ ਸੈਲੂਨ ਨੇ ਜਿਹੜੇ ਉਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪਾਣੀ ਅਤੇ ਹਵਾ ਪ੍ਰਦੂਸ਼ਣ ਦੇ ਖਿਲਾਫ ਇੱਕ ਫੈਸਲਾ ਲਿਆ, ਜਿਸ ਦੇ ਤਹਿਤ ਜਿਹੜੇ ਵੀ ਸੈਲੂਨ ਮਾਲਕ ਨੇ ਹੁਣ ਉਹਨਾਂ ਨੂੰ ਇੱਕ ਜਾਣਕਾਰੀ ਇਹ ਦੇਣੀ ਹੋਏਗੀ ਕਿ ਉਹ ਵਾਲਾਂ ਦੇ ਰਾਹੀਂ ਕਿ ਜਿਹੜੇ ਵਾਲ ਉੱਡਦੇ ਨੇਗੇ ਕਟਿੰਗ ਦੇ, ਉਹਨਾਂ ਨਾਲ ਹਵਾ ਪ੍ਰਦੂਸ਼ਣ ਫੈਲਦਾ ਅਤੇ ਜਿਹੜੀ ਬਲੀਚਿੰਗ ਹੁੰਦੀ ਹੈ ਜਾਂ ਹੇਅਰ ਕਲਰ ਡਾਈ ਹੈ ਜਦੋਂ ਪਾਣੀ ਦੇ ਵਿੱਚ ਉਸਦਾ ਇਸਤੇਮਾਲ ਹੁੰਦਾ ਤਾਂ ਉਹ ਜਲ ਪ੍ਰਦੂਸ਼ਣ ਕਰਦੀ ਹੈ। ਮੇਰੇ ਨਾਲ ਖੁਦ ਚੇਅਰਮੈਨ ਨੇਗੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਆਦਰਸ਼ਪਾਲ ਬਿੱਗ ਸਾਹਿਬ। ਬਿੱਗ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਨਾਲ ਮੈਂ ਇਹ ਗੱਲ ਵੀ ਦੱਸਦਾ ਕਿ ਪੰਜਾਬ ਪੋਲਿਊਸ਼ਨ ਬੋਰਡ ਦੇਸ਼ ਦਾ ਪਹਿਲਾ ਜਾਂ ਕਹਿ ਸਕਦੇ ਹਾਂ ਕਿ ਗਿਣਾ ਚੁਣਵਾਂ ਉਹ ਬੋਰਡ ਹੈ ਜਿਸਨੇ ਇਸ ਤਰ੍ਹਾਂ ਦਾ ਇੱਕ ਉੱਦਮ ਕੀਤਾ। ਇਹ ਬਿੱਗ ਸਾਹਿਬ ਕਿਸ ਤਰ੍ਹਾਂ ਇਸ ਦੀ ਲੋੜ ਪੈ ਗਈ ਅਤੇ ਸਰ ਇਹਦੇ ਵਿੱਚ ਕੀ ਜਿਹੜੇ ਆਦੇਸ਼ ਨੇ ਉਹ ਦਿੱਤੇ ਗਏ ਨੇ? ਬਹੁਤ ਅੱਛਾ ਜੀ, ਧੰਨਵਾਦ ਤੁਹਾਡਾ। ਅਸੀਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਦਰ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਪੋਲਿਊਸ਼ਨਸ ਨੇ ਉਹਨਾਂ ਬਾਰੇ ਹਮੇਸ਼ਾ ਚਿੰਤਾ ਰਹਿੰਦੀ ਹੈ, ਔਰ ਕੁਛ ਤਾਂ ਡਿਫਾਈਨਡ ਪੋਲਿਊਸ਼ਨਸ ਨੇ ਜਿਵੇਂ ਅਸੀਂ ਇੰਡਸਟਰੀ ਨੂੰ ਮੰਨਦੇ ਹਾਂ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਪ੍ਰੋਜੈਕਟ ਚੱਲਦੇ ਨੇ, ਫਿਰ ਅਸੀਂ ਕਈ ਵਾਰੀ ਨਵੇਂ ਸੋਰਸਿਸ ਨੇ ਉਹ ਸਾਡੀ ਜਾਣਕਾਰੀ ਚਾਹੁੰਦੇ ਆ ਜਾਂ ਕਿਤੋਂ ਜਾਣਕਾਰੀ ਮਿਲਦੀ ਹੈ, ਅਤੇ ਉਹ ਫਿਰ ਧਿਆਨ ਜਾਂਦਾ ਵੀ ਪਹਿਲੇ ਤਾਂ ਸ਼ਾਇਦ ਥੋੜ੍ਹੀ ਮਾਤਰਾ 'ਚ ਹੁੰਦੀਆਂ ਚੀਜ਼ਾਂ ਅਤੇ ਫਿਰ ਹੌਲੀ ਹੌਲੀ ਉਹਨਾਂ ਦੀ ਮਾਤਰਾ ਵੱਧ ਗਈਆਂ। ਜਿਵੇਂ ਤੁਸੀਂ ਅੱਜ ਸੈਲੂਨ ਦੀ ਗੱਲ ਕੀਤੀ ਹੈ, ਅਤੇ ਪਹਿਲੇ ਬਹੁਤ ਛੋਟੇ ਛੋਟੇ ਸ਼ਾਇਦ ਹੁੰਦੇ ਸੀ, ਉਹਨਾਂ ਦੀ ਮੈਨੇਜਮੈਂਟ ਵੀ ਸੌਖੀ ਸੀ। ਮੈਨੂੰ ਲੱਗਦਾ ਹੁਣ ਵਿਦ ਟਾਈਮ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ, ਜਿਹਨੂੰ ਅਸੀਂ ਬਿਊਟੀ ਪਾਰਲਰ ਵੀ ਕਹਿ ਸਕਦੇ ਹਾਂ, ਔਰ ਯੂਨੀਸੈਕਸ ਹੇਅਰ ਸੈਲੂਨਸ ਆ ਗਏ, ਔਰ ਉਹਦੇ ਅੰਦਰ ਐਕਟੀਵਿਟੀਜ਼ ਵੀ ਵੱਧ ਗਈਆਂ। ਅਤੇ ਉਹ ਫਿਰ ਉੱਥੇ ਦੇਖਿਆ ਗਿਆ ਵੀ ਇਹਨਾਂ ਨੂੰ ਇੱਕ ਵਾਰੀ ਐਨਾਲਿਸਿਸ ਕੀਤਾ ਜਾਵੇ ਇਹਨਾਂ ਦਾ, ਵੀ ਇਹ ਜਿਹੜਾ ਵੀ ਇਹਨਾਂ ਦਾ ਹਵਾ ਦਾ ਪਾਣੀ ਦਾ ਜਾਂ ਸੋਲਿਡ ਵੇਸਟ ਮੈਨੇਜਮੈਂਟ ਅੱਜ ਕੱਲ੍ਹ ਇੱਕ ਹੋਰ ਨਵੀਂ ਤਰ੍ਹਾਂ ਦੀ ਹੈ ਜਿਹੜੀ ਰਿਕੁਆਇਰਮੈਂਟ ਹੈ, ਜਿਹਦੇ ਅੰਦਰ ਜਿਹੜਾ ਕੂੜੇ ਦਾ ਪ੍ਰਬੰਧਨ ਕਰਨਾ ਉਹ ਵੀ ਪੋਲਿਊਸ਼ਨ ਦੇ ਕੰਟਰੋਲ ਦੇ ਅੰਦਰ ਆਉਂਦਾ ਹੈ, ਔਰ ਪਲਾਸਟਿਕ ਜਿਹੜਾ ਅਸੀਂ ਵਰਤਦੇ ਹਾਂ ਉਹ ਵੀ ਸਿੰਗਲ ਯੂਜ ਪਲਾਸਟਿਕ ਬੈਨ ਹੈ, ਪਲਾਸਟਿਕ ਕੈਰੀ ਬੈਗਸ ਬੈਨ ਨੇ, ਔਰ ਹਜ਼ਾਰਡਸ ਵੇਸਟ ਜਿਹੜੇ ਨੇ ਉਹ ਵੀ ਉਹਦੇ ਦੇਖੇ ਜਾਂਦੇ, ਇਲੈਕਟ੍ਰੋਨਿਕ ਵੇਸਟ ਆ ਗਿਆ, ਬੈਟਰੀ ਵੇਸਟ ਆ ਗਿਆ। ਸੋ ਜਿਹੜੀਆਂ ਵੀ ਕਮਰਸ਼ੀਅਲ ਜਾਂ ਬਿਜ਼ਨਸ ਐਕਟੀਵਿਟੀਜ਼ ਹੁੰਦੀਆਂ, ਸੋ ਉਹਨਾਂ 'ਤੇ ਸਾਡੀ ਕਿਸਮ ਦੀ ਨਜ਼ਰ ਰਹਿੰਦੀ ਹੈ, ਔਰ ਫਿਰ ਹੌਲੀ ਹੌਲੀ ਅਸੀਂ ਉਹਨਾਂ ਨੂੰ ਵਾਚ ਵੀ ਕਰਦੇ ਹਾਂ, ਫਿਰ ਔਨ ਦਾ ਜਿਵੇਂ ਕਹਿੰਦੇ ਉਹਨੇ ਵੀ ਰੈਂਡਮਲੀ ਉਹਨਾਂ ਦੀ ਚੈਕਿੰਗ ਕਰਦੇ ਹਾਂ, ਵੀ ਤਾਂ ਕਿ ਪਹਿਲੇ ਅਣਪਛਾਤੇ ਜਾਵਾਂਗੇ ਤਾਂ ਉਹ ਵਾਕਈ ਜੋ ਕਰਦੇ ਹੋਣਗੇ ਉਹ ਪਤਾ ਲੱਗ ਜਾਏਗਾ, ਅਤੇ ਬਾਅਦ 'ਚੋਂ ਫਿਰ ਉਹਨਾਂ ਨੂੰ ਜੋ ਸੁਧਾਰ ਕਰਨਾ ਹੈ, ਗਾਈਡਲਾਈਨਸ ਉਹਨਾਂ ਦੀ ਐਗਜਿਸਟ ਕਰਦੀਆਂ, ਉਹਨੂੰ ਫਾਲੋ ਕਰਦੇ ਕਿ ਨਹੀਂ ਕਰਦੇ, ਜਾਂ ਕਿਹੜੇ ਕਿਹੜੇ ਪੋਲਿਊਸ਼ਨ ਦੇ ਸੋਰਸ ਉਹਨਾਂ ਨਾਲ ਹੋ ਰਹੇ ਆ, ਅਤੇ ਉਹਨਾਂ ਨੂੰ ਫਿਰ ਅਸੀਂ ਇਸ ਤਰ੍ਹਾਂ ਦਾ ਨੋਟਿਸ ਜਾਰੀ ਕਰਦੇ ਹਾਂ। ਸਰ, ਜਿਸ ਤਰ੍ਹਾਂ ਮੋਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਦੇ ਸੈਲੂਨਸ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਵਿਭਾਗ ਦੇ ਵੱਲੋਂ, ਕੀ ਲੱਗਦਾ ਕਿ ਉਸਦੇ ਵਿੱਚ ਉਹਨਾਂ ਨੂੰ ਕੋਈ ਗਾਈਡਲਾਈਨਸ ਦਿੱਤੀਆਂ ਜਾਣਗੀਆਂ, ਜਾਂ ਇੱਕ ਟਾਈਮ ਪੀਰੀਅਡ ਜਿਸ ਤਰ੍ਹਾਂ 2 ਸਤੰਬਰ ਦੀ ਗੱਲ ਕੀਤੀ ਗਈ ਹੈ ਉਹ 2 ਸਤੰਬਰ ਤੱਕ ਚੇਤਾਵਨੀ ਹੈ ਕਿ ਉਹ ਆਪਣਾ ਪੱਖ ਰੱਖ ਸਕਣ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਟ੍ਰੇਨਿੰਗ ਵਗੈਰਾ ਦਿੱਤੀ ਜਾਊਗੀ ਕਿ ਇਸ ਤਰ੍ਹਾਂ ਤੁਸੀਂ ਪਾਣੀ ਜਾਂ ਜਿਹੜਾ ਹਵਾ ਦਾ ਪ੍ਰਦੂਸ਼ਣ ਉਹਨੂੰ ਘੱਟ ਕਰਨਾ? ਬਿਲਕੁਲ ਜੀ, ਅਸੀਂ ਜਿਹੜਾ ਮਤਲਬ ਜਦੋਂ ਟੀਮਾਂ ਗਈਆਂ ਉਹਨਾਂ ਨੇ ਜਾ ਕੇ ਦੇਖਿਆ, ਅਤੇ ਉਸ ਹਿਸਾਬ ਨਾਲ ਹਵਾ, ਪਾਣੀ ਅਤੇ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਹੈ ਉਹਦੇ ਅੰਦਰ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਹੈ ਅੰਡਰ ਸੈਕਸ਼ਨ 5, ਉਹ ਦੇਖਿਆ ਗਿਆ ਵੀ ਉਹ ਕੋਈ ਵੀ ਚੀਜ਼ਾਂ ਦੀ ਮੈਨੇਜਮੈਂਟ ਸਹੀ ਤਰ੍ਹਾਂ ਦੀ ਉੱਥੇ ਨਹੀਂ ਹੋ ਰਹੀ। ਇਸ ਪਿੱਛੇ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਗਈ ਵੀ ਤੁਹਾਡਾ ਜਿਹੜਾ ਜਿਵੇਂ ਤੁਸੀਂ ਖੁਦ ਸਮਝਦੇ ਵੀ ਵਾਲ ਕਟਿੰਗ ਕਰਕੇ ਜਾਂ ਤਾਂ ਉੱਥੇ ਮਿਕਸ ਪਏ ਹੁੰਦੇ ਨੇ ਜਿਹੜੇ ਬਲੇਡਸ ਨੇ, ਉਹ ਕਟਿੰਗ ਹੁੰਦੀ ਹੈ, ਉਹ ਕੋਈ ਸੁੱਟ ਜਾ ਰਿਹਾ, ਕੋਈ ਹੋ ਸਕਦਾ ਠੀਕ ਵੀ ਕਰਦਾ ਹੋਏਗਾ, ਉਹ ਕਿੱਥੇ ਜਾਂਦੇ ਨੇ, ਕਿਆ ਉਹ ਨੋਰਮਲ ਕੂੜੇ 'ਚ ਮਿਕਸ ਹੋ ਜਾਂਦੇ ਨੇ? ਅਤੇ ਅੱਜ ਤੁਸੀਂ ਦੇਖਿਆ ਵੀ ਅੱਗੇ ਤਾਂ ਕੋਈ ਹਰੀ ਹੇਅਰ ਕਟਿੰਗ ਹੁੰਦੀ ਸੀ, ਹੁਣ ਜਿਵੇਂ ਪਹਿਲੇ ਕਿਹਾ ਵੀ ਕਲਰ ਕਰਦੇ ਹੈ, ਡਾਈਜ਼ ਕਰਦੇ ਹੈ, ਅਲੱਗ ਅਲੱਗ ਤਰ੍ਹਾਂ ਦੀਆਂ ਮਤਲਬ ਬਿਊਟੀਫਿਕੇਸ਼ਨ ਦੀਆਂ ਚੀਜ਼ਾਂ ਆ ਗਈਆਂ, ਉਹ ਸਾਰਾ ਕੈਮੀਕਲ ਨਾਲ ਭਰੀਆਂ ਹੁੰਦੀਆਂ ਨੇ।
ਠੀਕ ਹੈ ਠੀਕ ਹੈ, ਸਾਡੀ ਸੁਭਾਅ ਦੇ ਵਿੱਚ ਅਸੀਂ ਉਹ ਕਰਨਾ ਚਾਹੁੰਦੇ, ਨੇਲਸ ਨੇ ਕਟਿੰਗ ਕਰਦੇ ਨੇ, ਸਾਰਾ ਕੁਛ ਕਰਦੇ ਨੇ, ਸੋ ਉਹ ਸਾਰੀ ਚੀਜ਼ਾਂ ਕਿੱਥੇ ਜਾਂਦੀਆਂ ਨੇ, ਕਿੱਥੇ ਸੁੱਟੀ ਜਾਂਦੀਆਂ ਨੇ, ਜੇ ਉਹ ਮਿਕਸ ਕੀਤੀਆਂ ਜਾਂਦੀਆਂ ਨੇ ਤਾਂ ਉਹ ਰੂਲਸ ਦੇ ਅਗੇਂਸਟ ਹੈ, ਜੇ ਉਹਨਾਂ ਦੀ ਪ੍ਰੋਪਰ ਡਿਸਪੋਜ਼ਲ ਹੁੰਦੀ ਹੈ ਸਾਇੰਟੀਫਿਕ ਤਰੀਕੇ ਨਾਲ ਫਿਰ ਤਾਂ ਠੀਕ ਹੈ, ਅਤੇ ਜੇ ਉਹ ਉੱਥੇ ਹੁਣ ਮੈਂ ਤਾਂ ਦੇਖਿਆ ਵੀ ਕਈ ਵਾਲ ਵੀ ਧੋਣ ਦੀ ਪ੍ਰਕਿਰਿਆ ਚੱਲਦੀ ਪਈ ਹੈ ਉੱਥੇ, ਔਰ ਮਤਲਬ ਉਸ ਤਰ੍ਹਾਂ ਦੀ, ਹਾਂ ਉਹ ਸਾਰੇ ਉਹਦੇ ਅੰਦਰ ਜਿਹੜੀ ਬਲੀਚਿੰਗ ਹੈ ਜਾਂ ਹੋਰ ਕਈ ਨਾਂ ਉਹ ਜਾਂਦੇ ਨੇ, ਸੋ ਸਾਰੇ ਨੂੰ ਅਸੀਂ ਸੋਚਿਆ ਵੀ ਇੱਕ ਵਾਰੀ ਉਹਨਾਂ ਨੂੰ ਔਨ ਗਰਾਊਂਡ ਦੇਖਿਆ ਜਾਵੇ, ਐਕਚੁਅਲ ਪੋਜੀਸ਼ਨ ਦੇਖੀ ਜਾਵੇ, ਔਰ ਇਸ ਪਿੱਛੇ ਕੁਛ ਮੇਜਰ ਸਿਟੀਜ਼ ਦੇ ਅੰਦਰ ਅਸੀਂ ਇੱਕ ਜਿਹਦੀ ਰੈਂਡਮ ਸਰਪ੍ਰਾਈਜ਼ ਚੈਕਿੰਗ ਕਰਵਾਈ ਸੀ, ਔਰ ਉਹਦੇ ਅੰਦਰ ਲਗਭਗ ਸਭ ਜਗ੍ਹਾ 'ਤੇ ਇਹੀ ਆਇਆ ਵੀ ਹਾਲੇ ਕੋਈ ਉਹਨਾਂ ਨੇ ਗਾਈਡਲਾਈਨਸ ਫਾਲੋ ਨਹੀਂ ਕੀਤੀਆਂ, ਅਤੇ ਇਸ ਪਿੱਛੇ ਉਹਨਾਂ ਨੂੰ ਇੱਕ ਨੋਟਿਸ ਦਿੱਤਾ ਵੀ ਹਵਾ ਡੀਜੀ ਸੈੱਟ ਲੱਗੇ ਨੇ, ਡੀਜੀ ਸੈੱਟ ਵੀ ਜਿਹੜਾ ਲਗਾਉਣੇ ਉਹਦੇ ਨੋਰਮਸ ਨੇ, ਜੇ ਉਹਦਾ ਆਇਲ ਨਿਕਲਦਾ ਤਾਂ ਹਜ਼ਾਰਡਸ ਵੇਸਟ ਕੈਟਾਗਰੀ 'ਚ ਆਉਂਦਾ, ਕਿਆ ਉਹ ਅਸੀਂ ਉਹਨੂੰ ਨੋਰਮਲੀ ਸੁੱਟੀ ਜਾਂਦੇ ਹਾਂ, ਸੋ ਇਸ ਪਿੱਛੇ ਇਹ ਚੀਜ਼ਾਂ ਦੀ ਕਿਉਂਕਿ ਮਿਕਦਾਰ ਵੱਧ ਰਹੀ ਹੈ, ਇਹਨਾਂ ਦੀ ਡਿਮਾਂਡ ਵੱਧ ਰਹੀ ਹੈ, ਔਰ ਇਹਨਾਂ ਦੀ ਕਮਰਸ਼ੀਅਲ ਐਕਟੀਵਿਟੀ ਵੱਧ ਰਹੀ ਹੈ, ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਵੀ ਬੜੀ ਕੋਸਟਲੀ ਇਹ ਚੀਜ਼ਾਂ ਰਹੀ, ਅੱਗੇ ਤਾਂ ਕੋਈ 2-10 ਰੁਪਏ 50 ਰੁਪਏ ਦੇ ਕੇ ਕਟਿੰਗ ਕਰਾਉਂਦਾ ਸੀ, ਪਰ ਹੁਣ ਉਹ ਬਹੁਤ ਚੀਜ਼ਾਂ ਉਹਦੇ ਨਾਲ ਜੁੜ ਗਈਆਂ ਨੇ, ਸੋ ਉਸ ਚਾਰਾਂ ਦਾ ਸੁਧਾਰ ਅਸੀਂ ਕਰਾਂਗੇ, ਹਾਲਾਂਕਿ ਜਿਹੜੇ ਨੋਮਸ ਨੇ ਹਾਲੇ ਸ਼ਾਇਦ ਗ੍ਰੀਨ ਜਾਂ ਵਾਈਟ ਕੈਟਾਗਰੀ 'ਚ ਆਉਂਦੇ ਨੇ, ਪਰ ਹੌਲੀ ਹੌਲੀ ਜੇ ਇਹਨਾਂ ਦੀਆਂ ਕੋਈ ਚੀਜ਼ਾਂ ਦੀ ਐਕਟੀਵਿਟੀ ਹੈ ਤਾਂ ਉਹਨਾਂ ਨੂੰ ਅਸੀਂ ਸਮਝਾਵਾਂਗੇ, ਗਾਈਡ ਵੀ ਕਰਾਂਗੇ, ਅਤੇ ਉਹਨਾਂ ਨੂੰ ਕਹਾਂਗੇ ਵੀ ਇਸ ਤਰ੍ਹਾਂ ਦੀ ਪਾਲਣਾ ਕਰੋ ਜੀ। ਸੋ ਆਦਰਸ਼ਪਾਲ ਬਿੱਗ ਨੇ, ਚੇਅਰਮੈਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ, ਜਿਹਨਾਂ ਨੇ ਸਾਫ਼ ਕਿਹਾ ਕਿ ਪਹਿਲਾਂ ਜਿਹੜੀ ਕਟਿੰਗ ਸੈਲੂਨ ਹੁੰਦੇ ਸੀ ਬੜੇ ਛੋਟੇ ਸਾਧਨ ਹੁੰਦੇ ਸੀ, ਅਤੇ ਉਹਦੇ ਵਿੱਚ ਕੈਮੀਕਲ ਵੀ ਨਹੀਂ ਸੀ ਵਰਤੇ ਜਾਂਦੇ, ਪਰ ਜਦੋਂ ਪੋਲਿਊਸ਼ਨ ਬੋਰਡ ਦੀਆਂ ਟੀਮਾਂ ਨੇ ਅਚਨਚੇਤੀ ਚੈਕਿੰਗ ਇਹਨਾਂ ਸ਼ਹਿਰਾਂ ਦੇ ਸੈਲੂਨਸ ਦੇ ਵਿੱਚ ਕੀਤੀ, ਤਾਂ ਉੱਥੋਂ ਇਹ ਤੱਥ ਸਾਹਮਣੇ ਆਏ ਕਿ ਬਹੁਤ ਜ਼ਿਆਦਾ ਜਿਹੜਾ ਪ੍ਰਦੂਸ਼ਣ ਹੈ ਕੈਮੀਕਲਸ ਦੇ ਰਾਹੀਂ ਜਾਂ ਹਵਾ ਦੇ ਵਿੱਚ ਜਿਹੜੇ ਵਾਲ ਉੱਡਦੇ ਨੇ ਉਹਨਾਂ ਦੇ ਰਾਹੀਂ ਵੀ ਫੈਲ ਰਿਹਾ। ਗੱਲ ਬੇਸ਼ੱਕ ਛੋਟੀ ਹੋਵੇ ਪਰ ਇਹਦੇ ਨੁਕਸਾਨ ਵੱਡੇ ਨੇ, ਅਤੇ ਜਦੋਂ ਇਹ ਜਾਂਚ ਸਾਹਮਣੇ ਆਈ ਤਾਂ ਉਹਨਾਂ ਦਾ ਸੱਚ ਸਾਹਮਣੇ ਆ ਗਿਆ ਕਿ ਵਾਕਈ ਸੈਲੂਨਸ ਦੇ ਰਾਹੀਂ ਕੈਮੀਕਲ ਪਾਣੀ ਦੇ ਵਿੱਚ ਫੈਲ ਰਿਹਾ ਅਤੇ ਹਵਾ ਦੇ ਵਿੱਚ ਦੂਸਰਾ ਪ੍ਰਦੂਸ਼ਣ। ਸੋ 1-2 ਸਤੰਬਰ ਤਾਰੀਖ ਤੈਅ ਕੀਤੀ ਗਈ ਹੈ ਕਿ ਪੰਜਾਬ ਦੇ ਜਿੰਨੇ ਸੈਲੂਨ ਨੇ ਉਹਨਾਂ ਦੇ ਮਾਲਕ ਆਪਣਾ ਪੱਖ ਪੋਲਿਊਸ਼ਨ ਬੋਰਡ ਦੇ ਕੋਲ ਰੱਖਣ, ਅਤੇ ਪੋਲਿਊਸ਼ਨ ਬੋਰਡ ਉਹਨਾਂ ਦੇ ਖਿਲਾਫ਼ ਕਾਰਵਾਈ ਬਾਅਦ 'ਚ ਕਰੇਗਾ, ਪਹਿਲਾਂ ਉਹਨਾਂ ਨੂੰ ਸਲਾਹ ਦੇਵੇਗਾ ਕਿ ਉਹ ਆਪਣਾ ਕਾਰੋਬਾਰ ਚਲਾਉਣ ਪਰ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਅਤੇ ਹਦਾਇਤਾਂ ਦੇ ਅਨੁਸਾਰ। ਪਟਿਆਲਾ ਦੇ ਪ੍ਰਦੂਸ਼ਣ ਬੋਰਡ ਆਫਿਸ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।